ਅੱਗ ਲਾਉਣ ਦੀਆਂ ਘਟਨਾਵਾਂ ਪਰਾਲੀ ਨੂੰ ਲਗਾਤਾਰ ਜਾਰੀ ਨੇ। ਅਜੇ ਝੋਨਾ ਖੇਤਾਂ ਦੇ ਵਿੱਚ ਖੜ੍ਹਾ ਹੈ, ਕੁਝ ਕਿਸਮਾਂ ਨੇ ਜਿਹੜੀਆਂ ਪਹਿਲਾਂ ਪੱਕ ਜਾਂਦੀਆਂ ਨੇ ਜਾਂ ਬਾਸਮਤੀ ਪਹਿਲਾਂ ਤਿਆਰ ਹੋ ਜਾਂਦੀ ਹੈ, ਤਾਂ ਕਿਸਾਨ ਫਿਰ ਪਰਾਲੀ ਸਾੜਨ ਲੱਗ ਪਏ ਨੇ। ਅਤੇ ਸਭ ਤੋਂ ਵੱਧ ਜਿਹੜੇ ਮਾਮਲੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਆ ਰਹੇ ਨੇ। ਦੇਖੋ, ਇਹ ਜਿਹੜਾ ਜੁਰਮਾਨਾ ਰੱਖਿਆ ਗਿਆ ਉਹ 2500 ਰੁਪਈਆ, ਵੱਧ ਤੋਂ ਵੱਧ 15,000 ਹੈ ਜੁਰਮਾਨਾ ਹੋ ਗਿਆ। ਅੱਗ ਉਹਨਾਂ ਨੇ ਲਾਈ ਹੈ, ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਸਾਖਸੀ ਸਾਨੀ, ਉਹਨਾਂ ਨੇ ਸਾਰੇ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ, ਹਰੇਕ ਸਬ ਡਿਵੀਜ਼ਨ ਦੇ ਵਿੱਚ ਨੋਡਲ ਅਧਿਕਾਰੀ ਲਾਤਾ। ਇਹ ਜਿੰਨੀਆਂ ਟੀਮਾਂ ਉੱਥੇ ਕੰਮ ਕਰ ਰਹੀਆਂ ਨੇ ਉਹਨਾਂ ਦੇ ਹਰੇਕ ਦੇ ਨਾਲ ਇੱਕ ਇੱਕ ਫਾਇਰ ਬ੍ਰਿਗੇਡ ਵੀ ਹੈ। ਜਿਹੜਾ ਇਹ ਕੁਛ ਕਰਦਾ ਉਹਨਾਂ ਨੂੰ 2500-2500 ਰੁਪਈਆ ਜੁਰਮਾਨਾ ਕਰ ਦਿਓ। ਜੁਰਮਾਨਾ ਹੋ ਗਿਆ, 7500 ਰੁਪਈਆ ਸਰਕਾਰ ਦੇ ਖਜ਼ਾਨੇ 'ਚ ਆ ਗਿਆ। ਇਹ ਕੋਈ ਬਹੁਤਾ ਵੱਡਾ ਹੱਲ ਨਹੀਂ। ਕਈ ਤਾਂ ਇਹ ਕਹਿੰਦੇ ਆ ਕਿ ਮਿੱਟੀ 'ਚ ਲਾਉਣ ਦਾ ਪੈਸਾ ਜ਼ਿਆਦਾ ਲੱਗਦਾ, 2500 ਦਾ ਕੁਛ ਵੀ ਨਹੀਂ, ਲਓ ਜੀ ਫੜੋ 2500। ਕਿ ਜਿਹੜੇ ਅੱਗਾਂ ਲਾਉਣਗੇ ਉਹਨਾਂ ਦੇ ਖੇਤਾਂ ਦੇ ਵਿੱਚ, ਉਹਨਾਂ ਦੇ ਜਿਹੜੇ ਜਮ੍ਹਾਂਬੰਦੀਆਂ ਨੇ ਉਹਦੇ ਵਿੱਚ ਲਾਲ ਇੰਦਰਾਜ ਕਰ ਦਿੱਤਾ ਜਾਊਗਾ, ਉਹਦੀ ਜ਼ਮੀਨ ਵਿਕੇਗੀ ਨਹੀਂ, ਉਹਨੂੰ ਲੋਨ ਨਹੀਂ ਮਿਲੇਗਾ। ਇਸ ਤਰ੍ਹਾਂ ਦੀਆਂ ਗੱਲਾਂ ਵੀ ਆਈਆਂ ਸੀ ਸਾਡੇ ਸਾਹਮਣੇ। ਅੱਗ ਲਾਉਣ ਦੀਆਂ ਘਟਨਾਵਾਂ ਪਰਾਲੀ ਨੂੰ ਲਗਾਤਾਰ ਜਾਰੀ ਨੇ। ਅਜੇ ਝੋਨਾ ਖੇਤਾਂ ਦੇ ਵਿੱਚ ਖੜ੍ਹਾ ਹੈ, ਕੁਝ ਕਿਸਮਾਂ ਨੇ ਜਿਹੜੀਆਂ ਪਹਿਲਾਂ ਪੱਕ ਜਾਂਦੀਆਂ ਨੇ ਜਾਂ ਬਾਸਮਤੀ ਪਹਿਲਾਂ ਤਿਆਰ ਹੋ ਜਾਂਦੀ ਹੈ, ਤਾਂ ਕਿਸਾਨ ਫਿਰ ਪਰਾਲੀ ਸਾੜਨ ਲੱਗ ਪਏ ਨੇ। ਅਤੇ ਸਭ ਤੋਂ ਵੱਧ ਜਿਹੜੇ ਮਾਮਲੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਆ ਰਹੇ ਨੇ। 15 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ 3 ਮਾਮਲਿਆਂ ਦੇ ਵਿੱਚ ਉਹਨਾਂ ਨੂੰ ਜੁਰਮਾਨਾ ਕਰ ਦਿੱਤਾ ਗਿਆ। 2500-2500 ਰੁਪਏ ਦਾ ਜੁਰਮਾਨਾ ਹੋਇਆ। ਇੱਕ ਕਿਸਾਨ ਅੰਮ੍ਰਿਤਸਰ ਦਾ, 2 ਕਿਸਾਨ ਮਜੀਠੇ ਦੇ ਨਾਲ ਸੰਬੰਧਿਤ ਨੇ। ਤਾਂ ਇਹਨਾਂ ਨੇ ਜਿਹੜੀ ਲਾਪਰਵਾਹੀ ਵਰਤੀ ਔਰ ਜੁਰਮਾਨਾ ਭਰਦੇ ਆ ਜਾਂ ਨਹੀਂ ਭਰਦੇ ਬਾਅਦ ਦੀ ਗੱਲ, ਪਰ ਇੱਕ ਵਾਰ ਸਰਕਾਰ ਨੇ ਸਖਤੀ ਪ੍ਰਸ਼ਾਸਨ ਨੇ ਜ਼ਰੂਰ ਕਰ ਦਿੱਤੀ ਹੈ। ਅਤੇ ਨਾਲ ਹੀ ਡਿਪਟੀ ਕਮਿਸ਼ਨਰ ਨੇ, ਜਿਹੜੇ ਉਹਨਾਂ ਦੇ ਹੇਠਲੇ ਅਧਿਕਾਰੀ ਨੇ SDM ਵਗੈਰਾ, ਉਹਨਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਖੁਦ ਮੌਕੇ ਦੇ ਉੱਤੇ ਜਾ ਕੇ ਸਾਰੀ ਸ਼ਨਾਖਤ ਕਰੋ ਤਾਂ ਜੋ ਇਹਨਾਂ ਮਾਮਲਿਆਂ ਦੇ ਵਿੱਚ ਕਮੀ ਲਿਆਂਦੀ ਜਾ ਸਕੇ। ਦੇਖੋ, ਇਹ ਜਿਹੜਾ ਜੁਰਮਾਨਾ ਰੱਖਿਆ ਗਿਆ ਉਹ 2500 ਰੁਪਈਆ ਹੈ, ਵੱਧ ਤੋਂ ਵੱਧ 15,000 ਹੈ ਜੁਰਮਾਨਾ ਹੋ ਗਿਆ। ਅੱਗ ਉਹਨਾਂ ਨੇ ਲਾਈ ਹੈ, ਜੇ ਇਹਦੇ ਵਿੱਚ ਅਸਲ ਦੇ ਵਿੱਚ ਜਿਹੜੀ ਇਹ ਨਹੀਂ ਰੁਕਦੀ ਨਾ, ਉਹਦਾ ਮੁੱਖ ਕਾਰਨ ਇਹ ਵੀ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਕਈਆਂ ਦੀ ਭੂਮਿਕਾ ਹੈ। ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਸਾਖਸੀ ਸਾਨੀ, ਉਹਨਾਂ ਨੇ ਸਾਰੇ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ, ਹਰੇਕ ਸਬ ਡਿਵੀਜ਼ਨ ਦੇ ਵਿੱਚ ਨੋਡਲ ਅਧਿਕਾਰੀ ਲਾਤਾ। ਇਹ ਜਿੰਨੀਆਂ ਟੀਮਾਂ ਉੱਥੇ ਕੰਮ ਕਰ ਰਹੀਆਂ ਨੇ ਉਹਨਾਂ ਦੇ ਹਰੇਕ ਦੇ ਨਾਲ ਇੱਕ ਇੱਕ ਫਾਇਰ ਬ੍ਰਿਗੇਡ ਵੀ ਹੈ, ਉਹਨਾਂ ਦੀ ਟੀਮ ਵੀ ਹੈ, SDM ਉਹਦੇ ਓਵਰਆਲ ਇੰਚਾਰਜ ਨੇ। ਅਤੇ ਉਹਨਾਂ ਦੇ ਆਦੇਸ਼ ਨੇ ਕਿ ਹਰੇਕ ਥਾਂ 'ਤੇ ਜਾਓ, ਜਿਹੜਾ ਇਹ ਕੁਛ ਕਰਦਾ ਉਹਨਾਂ ਨੂੰ 2500-2500 ਰੁਪਈਆ ਜੁਰਮਾਨਾ ਕਰ ਦਿਓ। ਜੁਰਮਾਨਾ ਹੋ ਗਿਆ, 7500 ਰੁਪਈਆ ਸਰਕਾਰ ਦੇ ਖਜ਼ਾਨੇ 'ਚ ਆ ਗਿਆ। ਇਹ ਕੋਈ ਬਹੁਤਾ ਵੱਡਾ ਹੱਲ ਨਹੀਂ। ਕਈ ਤਾਂ ਇਹ ਕਹਿੰਦੇ ਆ ਕਿ ਮਿੱਟੀ 'ਚ ਲਾਉਣ ਦਾ ਪੈਸਾ ਜ਼ਿਆਦਾ ਲੱਗਦਾ, 2500 ਦਾ ਕੁਛ ਵੀ ਨਹੀਂ, ਲਓ ਜੀ ਫੜੋ 2500। ਪਰ ਜਿਹੜਾ ਇੱਕ ਸਰਕਾਰ ਨੇ ਇਹ ਆਖਿਆ ਸੀ ਕਿ ਜਿਹੜੇ ਅੱਗਾਂ ਲਾਉਣਗੇ ਉਹਨਾਂ ਦੇ ਖੇਤਾਂ ਦੇ ਵਿੱਚ, ਉਹਨਾਂ ਦੇ ਜਿਹੜੇ ਜਮ੍ਹਾਂਬੰਦੀਆਂ ਨੇ ਉਹਦੇ ਵਿੱਚ ਲਾਲ ਇੰਦਰਾਜ ਕਰ ਦਿੱਤਾ ਜਾਊਗਾ, ਉਹਦੀ ਜ਼ਮੀਨ ਵਿਕੇਗੀ ਨਹੀਂ, ਉਹਨੂੰ ਲੋਨ ਨਹੀਂ ਮਿਲੇਗਾ। ਇਸ ਤਰ੍ਹਾਂ ਦੀਆਂ ਗੱਲਾਂ ਵੀ ਆਈਆਂ ਸੀ ਸਾਡੇ ਸਾਹਮਣੇ। ਪਰ
ਇਹ ਸਾਰਾ ਕੁਝ ਹਰ ਬੰਦੇ ਨੂੰ ਯੋਗਦਾਨ ਪਾਉਣਾ ਪਵੇਗਾ। ਅੰਮ੍ਰਿਤਸਰ ਵਾਲਾ ਪਹਿਲਾਂ ਤੋਂ ਹੀ ਲੈ ਕੇ ਇੱਕ ਨੰਬਰ 'ਤੇ ਹੈ। ਮੇਰਾ ਖਿਆਲ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ, ਕਿਸਾਨਾਂ ਨੂੰ ਖੁਦ ਵੀ ਸਹਿਯੋਗ ਦੇਣਾ ਚਾਹੀਦਾ। ਔਰ ਬਹੁਤ ਸਾਰੇ ਅਜਿਹੇ ਹਾਦਸੇ ਵਾਪਰੇ ਨੇ ਕਿ ਸਕੂਲਾਂ ਦੇ ਵਿੱਚ ਜਾਂਦੇ ਬੱਚਿਆਂ ਦੀਆਂ ਬੱਸਾਂ ਨੂੰ ਅੱਗ ਲੱਗੀ ਹੈ, ਕਈ ਸਕੂਟਰ ਮੋਟਰਸਾਈਕਲ 'ਤੇ ਜਾਂਦੇ ਕਪਲ ਵੀ ਇਹਦੇ ਵਿੱਚ ਝੁਲਸੇ ਨੇ। ਪਰ ਸਾਡੇ ਕੰਨ 'ਤੇ ਜੂੰ ਫੇਰ ਨਹੀਂ ਸਰਕਦੀ, ਹਾਲ ਤਾਂ ਸ਼ੁਰੂਆਤ ਹੈ। ਅਕਤੂਬਰ ਦੇ ਵਿੱਚ ਇਹ ਹੋਰ ਜ਼ਿਆਦਾ ਹੋ ਸਕਦਾ, ਜਿਹਦੇ ਲਈ ਸਾਨੂੰ ਸਾਰਿਆਂ ਨੂੰ ਇਹਦੇ 'ਚ ਕੰਮ ਕਰਨਾ ਚਾਹੀਦਾ ਔਰ ਲਿਹਾਜ਼ ਨਹੀਂ ਵਰਤਣੀ ਚਾਹੀਦੀ, ਸਮਝਾਉਣਾ ਵਜਾਉਣਾ ਵੀ ਚਾਹੀਦਾ ਔਰ ਇਹ ਲਿਹਾਜ਼ ਨਾ ਵਰਤੋ। ਇਹ ਗੰਭੀਰ ਸਮੱਸਿਆ ਜਿਹਦੀ ਸਾਨੂੰ ਸਾਰਿਆਂ ਨੂੰ ਰਲ ਕੇ ਇਹਦਾ ਠੋਸ ਤਰੀਕੇ ਦਾ ਹੱਲ ਕੱਢ ਕੇ, ਹੁਣ ਤਾਂ ਖੇਤੀ ਨੀਤੀ ਵੀ ਆ ਗਈ, ਇਹ ਕਰਨਾ ਚਾਹੀਦਾ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।